ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਠਾਠਾ ਮਾਰ ਦੇ ਨਗਰ ਕੀਰਤਨ ਵਿੱਚ ਸ਼ਾਮਲ ਨਗਰ ਵਾਸੀ ਸੰਗਤਾਂ ਅਸੀਸ ਬਖਸ਼ੋ ਬਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਪੜਾਅ ਤੇ ਧਰਤੀ ਦੀ ਪੁਕਾਰ ਧਰਤੀ ਦੇ ਕੁਝ ਐਸੇ ਹਾਲਤ ਸਮਾਜ ਵਿੱਚ ਸਰਕਾਰ ਨਹੀਂ ਸੀ ਦਿੱਤਾ ਜਾਂਦਾ ਦਰਕਾਰਿਆ ਜਾਂਦਾ ਸੀ ਦੇਖੋ ਪਰਮੇਸ਼ਰ ਨੇ ਇੱਕ ਐਸੀ ਰਚਨਾ ਬਣਾਈ ਆ ਇਹ ਸਰੀਰ ਜਿਹੜਾ ਪੰਜ ਤੱਤਾਂ ਨਾਲ ਬਣਿਆ ਇੱਕੋ ਪਵਨ ਮਿੱਟੀ ਨੂਰ ਔਰ ਪੰਜਾਂ ਤੱਤਾਂ ਦਾ ਇਹ ਪਤਲਾ ਸਰੀਰ ਉਸ ਪਰਮੇਸ਼ਰ ਨੂੰ ਪਿਆਰਾ ਹੈ ਫਰੀਦ ਸਾਹਿਬ ਕਹਿੰਦੇ ਨੇ ਬੜਾ ਸੁੰਦਰ ਬਚਨ ਫਰੀਦਾ ਖਾਰਕ ਖਲਕ ਨੇ ਖਲਕ ਵਸੇ ਰੱਬ ਮਾਹੇ ਮੰਦਾ ਕਿਸ ਨੂੰ ਆਖੀਏ ਜਾਂ ਕਿਸ ਬਿਨ ਕੋਈ ਨਾਹੀਂ ਆਪਣੀ ਰਹਿਨਮਾਈ ਦੇ ਵਿੱਚ ਮਨੁੱਖ ਦੀ ਘਾਟ ਕੀਤੀ ਆ ਪਰ ਹਮੇਸ਼ਾ ਹੀ ਮਨੁੱਖਤਾ ਦੇ ਨਾਲ ਡੁੱਬਿਆ ਹੁੰਦਾ ਰਿਹਾ ਔਰ ਐਸੇ ਹਾਲਤ ਬਣ ਕੇ ਇਸ ਧਰਤੀ ਦੇ ਉੱਤੇ ਇਹ ਗੱਲ ਯਾਦ ਰੱਖ ਲੈਣਾ ਦੁੱਖ ਤੇ ਸੁੱਖ ਕਦੇ ਇਕੱਠੇ ਨਹੀਂ ਹੋ ਸਕਦੇ ਗਿਆਨ ਅਤੇ ਅਗਿਆਨ ਕਦੇ ਇਕੱਠੇ ਨਹੀਂ ਹੋ ਸਕਦੇ ਕ੍ਰੋਧ ਤੇ ਸ਼ਾਂਤੀ ਕਦੇ ਇਕੱਠੇ ਨਹੀਂ ਹੋ ਸਕਦੇ ਇਸ ਤਰ੍ਹਾਂ ਹੀ ਇੱਕ ਪਾਸੇ ਧਰਮ ਨੂੰ ਪੂਜਣ ਵਾਲੇ
ਤੇ ਦੂਸਰੇ ਪਾਸੇ ਧਰਮ ਨੂੰ ਢਾਲ ਆਉਣ ਵਾਲੇ ਕੋਈ ਇੱਥੇ ਨਹੀਂ ਬੈਠ ਸਕਦੇ ਸਬਰ ਦਾ ਮੁਕਾਬਲਾ ਜੇ ਧਰਤੀ ਦੇ ਹਰਨਾਥ ਸ਼ਾਹ ਤੇ ਨਰਸਿੰਘ ਨੂੰ ਹੋਣਾ ਪਿਆ ਤਾਂ ਕ੍ਰਿਸ਼ਨ ਨੂੰ ਹੋਣਾ ਪਿਆ ਜੇ ਧਰਤੀ ਤੇ ਰਾਵਣ ਆਇਆ ਤਾਂ ਸ਼੍ਰੀ ਰਾਮਚੰਦਰ ਨੂੰ ਹੋਣਾ ਪਿਆ ਜੇ ਇਸ ਧਰਤੀ ਤੇ ਜਿੱਥੇ ਨਮਰੂਦ ਆਇਆ ਤੇ ਸੱਚ ਜਾਣਨਾ ਜੇ ਧਰਤੀ ਤੇ ਬਾਬਾ ਆਇਆ ਤੇ ਬਾਬੇ ਨਾਨਕ ਨੂੰ ਹੋਣਾ ਪਿਆ ਜੇ ਧਰਤੀ ਦੇ ਪ੍ਰਕਾਸ਼ ਸ਼ਬਦ ਤੇ ਜਨਮ ਹੋਇਆ ਤਾਂ ਸਤਿਗੁਰੂ ਰਵਿਦਾਸ ਮਹਾਰਾਜ ਨੂੰ ਇਸ ਧਰਤੀ ਤੇ ਆਉਣਾ ਪਿਆ ਮਨ ਦੀ ਇਕਾਗਰਤਾ ਬਖਸ਼ਣੀ ਸੱਚੀ ਸਾਹਿਬ ਨੇ ਬੜੀ ਸੁੰਦਰ ਗੱਲ ਕਹੀ ਆ ਥੋੜੇ ਸ਼ਬਦਾਂ ਦੇ ਵਿੱਚ ਕਿਉਂਕਿ ਗੁਰੂ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਪਹਿਲੀ ਗੱਲ ਸਮਝ ਲਓ ਗੁਰੂ ਨੂੰ ਬਿਆਨ ਕਰਨ ਦੇ ਲਈ ਗੁਰੂ ਦੇ ਕਮਾਲ ਬੋਲਣ ਦੇ ਲਈ ਧਰਤੀ ਦੇ ਹਿੱਕ ਦਾ ਕਾਇਜ਼ ਬਣਾ ਲਓ ਪੂਰੀ ਬ੍ਰਹਸਪਤੀ ਦੀਆਂ ਕਲਮਾਂ ਕੱਢ ਲਓ ਤੇ ਤਾਂ ਵੀ ਲਿਖਣ ਲੱਗ ਜਾਓ ਤੁਸੀਂ ਗੁਰੂ ਦੀ ਉਪਮਾ ਨਹੀਂ ਲਿਖ ਸਕਦੇ ਸਤਿਗੁਰ ਸਤਿਗੁਰ ਰਵਿਦਾਸ ਮਹਾਰਾਜ ਉਸ ਸਮੇਂ ਆਏ ਜਦੋਂ ਸਮਾਜ ਦੀ ਡਾਵਾਂ ਡੋਲ ਹਾਲਤ ਸੀ ਕਦੇ ਮਨੂ ਸਮ੍ਰਿਤੀ ਨੂੰ ਪੜ੍ਹ ਕੇ ਵੇਖੋ ਉਹਦੇ ਵਿੱਚ ਕਿੰਨੀਆਂ ਪਾਬੰਦੀਆਂ ਸਨ ਚਰਨ ਪੈ ਗਿਆ ਕੁਦਰਤ ਜਾਗ ਉੱਠੀ ਰਾਮ ਰਾਮ ਕਰਦੀ ਇੱਕ ਬੇਨਤੀ ਹੈ ਸੰਗਤਾਂ ਦੇ ਚਰਨਾਂ ਵਿੱਚ ਮੱਥਾ ਨਹੀਂ ਟੇਕਣਾ ਸਤਿਸੰਗ ਜੀ ਸਤਿਕਾਰ ਕਰੋ ਇੱਕ ਜਾਂ ਜੋੜੇ ਪਾਏ ਹੋਏ ਨੇ ਜੋੜੇ ਲਾ ਕੇ ਮੱਥਾ ਟੇਕੋ ਪ੍ਰਬੰਧਕਾਂ ਵੱਲੋਂ ਇਹ ਬੇਨਤੀ ਆ ਜਿੰਨਾ ਆਪਾਂ ਗੁਰੂ ਦਾ ਸਤਿਕਾਰ ਕਰਾਂਗੇ ਉਨਾ ਹੀ ਪ੍ਰਕਾਸ਼ ਹੈ ਤੇ ਪ੍ਰਕਾਸ਼ ਹਰ ਜਗ੍ਹਾ ਰਮਿਆ ਹੋਇਆ ਜਿਵੇਂ ਸੂਰਜ ਚੜ੍ਹਦਾ ਉਹ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਹੋਰ ਬੇਨਤੀ ਕਰਦੇ ਆ ਗੁਰੂ ਦਾ ਲੰਗਰ ਆ ਇਹਨੂੰ ਪ੍ਰਸ਼ਾਦ ਕਿਹਾ ਜਾਂਦਾ ਸਤਸੰਗ ਜੀ ਇਹਨੂੰ ਗੁਰ ਪ੍ਰਸ਼ਾਦ ਵੀ ਕਿਹਾ ਜਾਂਦਾ ਇਹ ਸਬਜੈਕਟ ਬੜਾ ਲੰਬਾ ਆ ਇਹਦੇ ਅਰਥ ਕੀ ਨੇ ਜਿੰਨਾ ਕਿ ਤੁਸੀਂ ਛਕਣਾ ਉਹਨਾਂ ਕੇ ਛਕੋ ਥੱਲੇ ਨਾ ਸੁੱਟੋ ਇਹਦਾ ਦਾਣਾ ਵੀ ਬਸ ਬਸ ਕਿਉਂਕਿ ਫਿਰ ਬੇਅਦਬੀ ਹੁੰਦੀ ਆ ਜੇ ਪ੍ਰਸ਼ਾਦ ਦੀ ਬੇਅਦਬੀ ਹੋਏਗੀ ਤਾਂ ਫਿਰ ਆਪਣਾ ਸਤਿਕਾਰ ਕਿੱਥੇ ਹੋਏਗਾ ਬਣਾਇਆ ਪਲਕ
ਦੇ ਨੇੜੇ ਹੋ ਸਕਦਾ ਹੈ ਨੰਬਰ 3 ਸੰਤੋਖ ਬਿਨਾ ਸੰਤੋਖ ਨਹੀਂ ਕੋ ਰਾਜੇ ਬਿਨਾ ਸੰਤੋਖ ਤੋਂ ਰਾਜ ਨਹੀਂ ਹੁੰਦਾ ਜਿੰਨਾ ਮਰਜ਼ੀ ਇੱਜ਼ਤ ਕਰ ਲੋ ਇਹਦਾ ਐਂਡ ਨਹੀਂ ਹੈ ਸਾਧ ਸੰਗਤ ਜੀ ਪਹਿਲੀ ਗੱਲ ਸਾਧ ਸੰਗਤ ਚਾਵੇ ਦੂਸਰਾ ਸੱਚ ਬੋਲੇ ਤੀਸਰਾ ਸੰਤੋਖ ਹੋਵੇ ਤੇ ਚੌਥਾ ਸਮ ਦਮ ਪੰਜੇ ਇੰਦਰੀਆਂ ਦੇ ਕਾਬੂ ਹੋਵੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਚਾਰ ਤਾਂ ਬੰਦਾ ਨਹੀਂ ਕਰ ਸਕਦਾ ਫਿਰ ਉਹ ਰੱਬ ਹੋ ਜੂਗਾ ਜੇ ਚਾਰ ਹੋ ਗਿਆ ਜੇ ਚਾਰੇ ਹੋ ਗਏ ਸਾਧ ਸੰਗਤ ਵੀ ਜਾਣ ਲੱਗ ਜੇ ਸੱਚ ਬੋਲੇ ਤੇ ਸੰਤੋਖ ਵੀ ਹੋਵੇ ਤੇ ਇੰਦਰੀਆਂ ਤੇ ਵੀ ਕਾਬੂ ਹੋਵੇ ਫਿਰ ਤਾਂ ਰੱਬ ਬਣ ਗਿਆ ਨਹੀਂ ਇਹਨਾਂ ਵਿੱਚੋਂ ਜੇ ਇੱਕ ਵੀ ਅਡਾਪਟ ਕਰ ਲਵੇ ਇਹ ਦਾਅਵੇ ਨਾਲ ਗਿਆਨੀ ਮਹਾਨ ਸਿੰਘ ਜੀ ਚੋਰ ਸਾਹਿਬ ਕਹਿੰਦੇ ਹੁੰਦੇ ਸਨ ਕਹਿੰਦੇ ਚਾਰਾਂ ਵਿੱਚੋਂ ਜੇ ਇੱਕ ਵੀ ਤੁਸੀਂ ਫੱਲੇ ਵੱਲ ਲਓ ਇਹ ਸ਼ਰਤੀਆ ਗੱਲਾਂ ਤੁਹਾਨੂੰ ਗੁਰੂ ਸਾਹਿਬ ਦੇ ਦਰਾਰੇ ਹੋ ਜਾਣਗੇ ਦਰਸ਼ਨ ਉਹਨਾਂ ਦੀ ਖੁਸ਼ੀ ਹਾਸਲ ਹੋ ਜਾਏਗੀ ਮੈਂ ਪਿਛਲੇ ਪੜਾਅ ਤੇ ਗੱਲ ਕਹੀ ਸੀ ਸਰੀਰ ਦੇ ਦੋ ਹਿੱਸੇ ਨੇ ਇੱਕ ਬਾਹਰਲਾ ਜਿਹੜਾ ਸਾਨੂੰ ਦਿਸਦਾ ਰੰਗ ਅਸਲ ਵਿੱਚ ਅਸੀਂ ਤਨ ਦੇ ਰੰਗ ਅੰਦਰ ਜਾਂਦੇ ਹਾਂ ਮਨ ਦੇ ਰੰਗ ਅੰਦਰ ਕਦੇ ਪਿੱਛੇ ਨਹੀਂ ਗਏ ਅਸੀਂ ਅਸੀਂ ਕਹਿੰਦੇ ਹਾਂ ਫਲਾਨਾ ਗੋਰਾ ਫਲਾਨਾ ਕਾਲਾ ਪਰ ਮਨ ਨਹੀਂ ਦੇਖਿਆ ਬੰਦੇ ਦਾ ਕਿਹੋ ਜਿਹਾ ਸਾਧ ਸੰਗਤ ਜੀ ਸਰੀਰ ਭਸਮ ਆ ਆਤਮਾ ਅਮਰ ਆ ਆ ਸਰੀਰ ਦੇ ਜਿਵੇਂ ਆਪਾਂ ਹਰ ਪੜਾਅ ਤੇ ਭੋਜਨ ਛਕ ਰਹੇ ਹਾਂ ਨਾ ਲੰਗਰ ਛਕ ਰਹੇ ਹਾਂ ਇਹ ਸਰੀਰ ਵਾਸਤੇ ਜ਼ਰੂਰੀ ਆ ਇਹ ਪੇਟ ਲੱਗਿਆ ਪਰ ਆਤਮਾ ਵਾਸਤੇ ਸਾਧ ਸੰਗਤ ਜ਼ਰੂਰੀ ਆ ਆਤਮਾ ਵਾਸਤੇ ਪਰਮੇਸ਼ਰ ਦਾ ਨਾਂ ਜ਼ਰੂਰੀ ਆ ਆਤਮਾ ਵਾਸਤੇ ਸੱਚ ਦੀ ਕਮਾਈ ਜ਼ਰੂਰੀ ਆ ਤੇ ਸਾਧ ਸੰਗਤ ਜੀ ਆਓ ਉਸ ਕਾਂਛੀ ਦੀ ਧਰਤੀ ਅੰਦਰ ਜਿਹਨੂੰ ਸ਼ਿਵ ਜੀ ਨੇ ਬੜੇ ਵਰ ਦਿੱਤੇ ਸੀ ਕਹਿੰਦਾ ਜਿਹੜਾ ਕੋਈ ਆ ਕੇ ਇੱਥੇ ਕਾਂਛੀ ਵਿੱਚ ਰਹਿ ਗਿਆ ਉਹ ਮੁਕਤ ਹੋ ਜੂ ਰਹਿਣ ਨਾਲ ਹੀ ਦੂਸਰਾ ਉਹਨੇ ਵਰ ਦਿੱਤਾ ਸੀ ਵੀ ਜੇ ਕਾਂਛੀ ਦੇ ਵਿੱਚ ਮੂਰਖ ਤੋਂ ਮੂਰਖ ਬੰਦਾ ਵੀ ਆਊ ਉਹਦੀ ਬੁੱਧੀ ਚਤਰ ਹੋ ਜਾਏਗੀ ਤੀਸਰਾ ਉਹਨੇ ਵਰ ਦਿੱਤਾ ਸੀ ਕਾਂਛੀ ਦੀ ਧਰਤੀ ਨੂੰ ਕਿ ਜੇ ਬੰਦਾ ਇੱਥੇ ਆ ਕੇ ਰਵੇ ਉਹਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਊਗੀ ਕਬੀਰ ਸਾਹਿਬ ਨੇ ਇਸ ਧਰਮ ਨੂੰ ਤੋੜਿਆ ਸਤਿ ਸ੍ਰੀ ਜੀ ਹੜੰਬੇ ਦੀ ਧਰਤੀ ਸ਼੍ਰੀ ਗਣੇਸ਼ ਦੀ ਧਰਤੀ ਆ ਉਹ ਕਬੀਰ ਸਾਹਿਬ ਕਹਿੰਦੇ ਜੇ ਕੋਈ ਮਾੜਾ ਬੰਦਾ ਕੰਮ ਕਰਕੇ ਕਾਸ਼ੀ ਵਿੱਚ ਆ ਕੇ ਸਰੀਰ ਛੱਡੇ ਉਹ ਸਿੱਧਾ ਨਰਕਾਂ 'ਚ ਜਾਊ ਸਵਰਗਾਂ 'ਚ ਨਹੀਂ ਜਾਊਗਾ ਨੰਬਰ ਦੂਸਰੀ ਗੱਲ ਕਹਿੰਦੇ ਜੇ ਕੋਈ ਚੰਗੇ ਕਰਮਾਂ ਵਾਲਾ ਜਾ ਕੇ ਹੜੰਬੇ ਦੀ ਧਰਤੀ ਅੰਦਰ ਸਰੀਰ ਛੱਡੇ ਉਹ ਸਵਰਗਾਂ ਨੂੰ ਜਾਊਗਾ ਸਰ ਇੱਥੇ ਕਰਮਾਂ ਦੇ ਨਵੇੜੇ ਹੋਣੇ ਨੇ ਇੱਥੇ ਜਾਤ ਪਾਤ ਨਹੀਂ ਕਿਸੇ ਨੇ ਪੁੱਛਣੀ ਇੱਥੇ ਅਮਲ ਜਿਹੜਾ ਤੁਹਾਡੇ ਕਰਮ ਨੇ ਤੇ ਕਰਮਾਂ ਦੀ ਗੱਲ ਹੋਣੀ ਹੈ ਸਤਿ ਸ੍ਰੀ ਜੀ ਉਹ ਕਾਂਛੀ ਦੀ ਧਰਤੀ ਅੰਦਰ ਸਤਿਗੁਰ ਰਵਿਦਾਸ ਮਹਾਰਾਜ ਜੀ ਆਏ ਜਨਮ ਮਰਨ ਤੋਂ ਹੋਵੇ ਨਾਹੀਂ ਜਨ ਪਰਉਪਕਾਰੀ ਹੈ ਮਨੁੱਖ ਦਾ ਜਨਮ ਹੁੰਦਾ ਮਰਨ ਹੁੰਦਾ ਜਿਹੜੇ ਰਹਿਬਰ ਨੇ ਉਹਨਾਂ ਦਾ ਪ੍ਰਕਾਸ਼ ਹੋਇਆ ਕਰਦਾ ਜਨਮ ਨਹੀਂ ਹੁੰਦਾ ਇਹ ਗੱਲ ਸੁਣ ਪ੍ਰਕਾਸ਼ ਹੈ ਜਿਹੜੇ 640 ਸਾਲ ਤੋਂ ਉਹ ਪ੍ਰਕਾਸ਼ ਹੀ ਆ ਜਿਹੜਾ ਤੁਹਾਡੇ ਹਿਰਦੇ ਨੂੰ ਚੰਨ ਦੇ ਰਿਹਾ ਦੇਖਣ ਨੂੰ ਸਰੀਰ ਸੀ ਅਸਲ ਵਿੱਚ ਉਹ ਸਰੀਰ ਨਹੀਂ ਸਨ ਵਿਦਵਾਨ ਕਹਿੰਦਾ ਕੁਦਰਤ ਜਾਗ ਉੱਠੀ ਰਾਤ ਆਰਾਮ ਕਰਦੀ ਵਿਦਿਆ ਹੋ ਚੱਲੀ ਜੱਗ ਚੋ ਰਾਤ ਰਾਣੀ ਅੱਖ ਪੱਟੀ ਸੀ ਨਰਕ ਸਮੇਲੀਆਂ ਨੇ ਪਾ ਰਹੀ ਸੀ ਸੁਧ ਦਾ ਝਾਤ ਰਾਣੀ ਚਾਂਦੀ ਹੁਸਨ ਦੀ ਚੰਦਨ ਤਾਰਿਆ ਸੀ ਸੁਰਖੀ ਬੁੱਲਾਂ ਤੇ ਮਲੇ ਪ੍ਰਭਾਤ ਰਾਣੀ ਪੰਛੀ ਭੌਰਿਆਂ ਫੁੱਲਾਂ ਦੇ ਗੂਰ ਪਾਈ ਖੁਸ਼ੀਆਂ ਵੰਡਦੀ ਸੀ ਕਰਾਂ ਮਾਤ ਪਾਈ ਦਿਨ ਚੜੇ ਗਰੀਬਾਂ ਨੂੰ ਖਬਰ ਹੋਈ ਸਭੇ ਆਣ ਕੇ ਦੇਣ ਵਧਾਈਆਂ ਜੀ ਪਿਤਾ ਪੁੱਤਰ ਦੇ ਨਾਮ ਤੋਂ ਖੁਸ਼ ਹੋ ਕੇ ਵੰਡੇ ਦੌਲਤਾਂ ਦੂਰ ਸਮਾਈਆਂ ਜੀ ਮੋਹ ਮੰਗਿਆ ਦਾਨ ਗਰੀਬਾਂ ਦੇ ਰਸਤਾ ਸਾਧਵਾਂ ਤਾਈ ਪਹੁੰਚਾਈਆਂ ਜੀ ਦਾਦੇ ਕਾਲੂ ਤੇ ਪਿਤਾ ਸੰਤੋਖ ਸਿੰਘ ਦੀਆਂ ਕਾਂਛੀਪੁਰੀ ਵਿੱਚ ਹੋਣ ਵਡਿਆਈਆਂ ਜੀ ਜਿਵੇਂ ਮਾਤਾ ਗਲਸਾਂ ਨੂੰ ਵਧਾਈਆਂ ਮਿਲ ਰਹੀਆਂ ਨੇ ਉਹ ਲੈਣਾ ਚੰਦਨ ਦਾ ਘਾਟੀ ਦੇ ਬਾਗ ਦੇ ਸਨਮੁਖ ਪੇਸ਼ ਕੇ ਇੰਜ ਕਰ ਰਿਹਾ Thank you.
Thank you.
جب دا الہیے گرو جی دا جب دا الہیے جب بند دا اسارا جاواں راہیے بند دا اسارا جاواں راہیے ہر تک اے ہو کہ گرو رب دا حجاب سنگتاں نے دور چل آئیاں اج بعد کل سانو روکی دین ودائیاں اج بعد کل سانو روکی دین ودائیاں اج بعد کل سانو ستگر عبداس مہاراج جی ویہ دیتے پیرا دندر ساری جندگی کرت کرنی نام جپڑا تے وانڈ کے شکل ہن کرت ضروری نہیں کوئی اچھی کول والا ہی کرے نیمی جات والا چھوٹی جات والا بھی حق دی کمائی کر سکتا ہے ساتھ سنگ جی کوئی پابندی نہیں نام کوئی بھی جپ سکتا ساتھ سنگ جی کوئی گھرے بیٹھ کے جپ سکتا ہے کوئی کدے جنگل جا کے جپتے نہیں اتنے بھی پھر جات کی گل نہیں ہے ضروری نہیں کہ اچھی کول والا ہی نام جپے اتنے ہر ایک رائٹ کا حق ہے وہ نام جپ سکتا ستگر عبداس مہاراج نے ساری زندگی یہ لکھے لا دیتی سنگھرش کیتا کہ اے پنڈتو ودوانو جے تہانو مانا کہ تسی ودیا دے سکتے ہو برہمن ہو تسی رام دے نیڑے ہو سکتے ہو کہنے میں ہر ایک حق ہے وہ رام کی گل کر سکتا پرمیشر کی گل کر سکتا لائیو چل رہا سا سنگی جڑے بچے اپنے باہر گئے نے وہ بچے یہ نگر کیرتن دیکھ رہے نے بیٹھے میں ویراں دا یوٹیوب والے دا سارے دا دھنواد کرتا جڑے اس پروگرام کور کر رہے نے جتھے میرے سرکار جو سنتاں والوں بزرگاں والوں نوجوان ویراں والوں متاماں بھنا والوں پنجا پیاریاں دے وچوں بھائی گرنام سنگھ جی انہاں دے بیٹے والوں بینت مایا دتی گئی ہے گرو صاحب آپ سب دیاں چولیاں پارن گرو صاحب نے میر پریات رکھن کیونکہ ہن لنگر شکن دا سماں آ گیا سر سنگھ تے گج کے فتح بلا دیو ہوں فتح نہ ڈلی بلاؤ آخو واہے گرو جی کا خالصہ رویداس شکتی رویداس شکتی واہے گرو جو پرسنگ چل رہا سی وہ ایک گل کی سارے پوری ہوئے گی ज्ञान की गल है ज्ञान की उस समय धर्म के ठेकेदार ज्ञान घट सी धन गुरु रविदास महाराज ने गुरु ग्रंथ साहब से 646 साल पहले गल कही थी जो अज कहावत बन गई है कहावत सुनी होगी बजुर्गों को आम कि जिन्होंने घट नॉलेज हो घट पढ़िया लिखा हो जो गल भावा 70 साल का हो 75 साल का हो गल वधिया ना करे ਤੇ ਉਹਨੂੰ ਕਹਿੰਦੇ ਯਾਰ ਖੂਹ ਦਾ ਡੱਡੂ ਆ ਸੁਣਿਆ ਬਹੁਤ ਸੁਣਿਆ ਖੂਹ ਦਾ ਡੱਡੂ ਪਰ ਗੁਰੂ ਰਵਿਦਾਸ ਮਹਾਰਾਜ 646 ਸਾਲ ਪਹਿਲਾਂ ਕਿਹਾ ਸੀ ਕੂਏ ਪਿਆ ਦਾਦਰਾ ਦੇਸ਼ ਵਿਦੇਸ਼ ਨਾਲ ਸੂਝ ਉਹਨੂੰ ਕੋਈ ਸਮਝ ਨਹੀਂ ਖੂਹ ਦੇ ਵਿੱਚ ਜਿਹੜਾ ਡੱਡੂ ਆ ਨਾ ਉਹਨੂੰ ਕੋਈ ਸਮਝ ਨਹੀਂ ਆਉਂਦੀ ਤੇ 646 ਸਾਲ ਪਹਿਲਾਂ ਤੇ ਅੱਜ ਅਸੀਂ ਕਿੱਥੇ ਖੜੇ ਹਾਂ ਇਹ ਜੋ ਨਗਰ ਕੀਰਤਨ ਆ ਇਹਦੀ ਗਵਾਹੀ ਦੇ ਰਿਹਾ ਹੈ ਅਸੀਂ ਅੱਗੇ ਜਾ ਰਹੇ ਹਾਂ ਪਰ ਹੋਰ ਅੱਗੇ ਜਾਣਾ ਹੈ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆ ਇਸੇ ਤਰ੍ਹਾਂ ਅਗਲੇ ਪੰਡਾਲ ਦੇ ਵਿੱਚ ਜਾਣਾ ਮੈਂ ਦੋ ਬੇਨਤੀਆਂ ਕਰਨੀਆਂ ਕਿ ਗੁਰਪੁਰਬ ਪਰਿਵਾਰ ਵੱਲੋਂ ਹਰ ਸਾਲ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਉਹਨਾਂ ਨੂੰ ਸਰੋਪੇ ਦੇਣੇ ਹਨ ਸਰਦਾਰ ਕੁਲਜੀਤ ਸਿੰਘ ਜੀ ਸਰਦਾਰ ਮੰਗਲ ਸਿੰਘ ਤੇ ਸਰਦਾਰ ਪਰਮਿੰਦਰ ਸਿੰਘ ਪਲੀਜ਼ ਸਟੇਜ ਤੇ ਆਉਣ ਉਹ ਸਰੋਪਾ ਲੈਣ ਕਿਉਂਕਿ ਗੁਰੂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਆ ਹਰ ਸਾਲ ਉਹ ਸੰਗਤ ਦੀ ਸੇਵਾ ਲੰਗਰ ਦੇ ਨਾਲ ਕਰਦੇ ਆ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਇਸੇ ਤਰ੍ਹਾਂ ਸੰਗਤ ਉੱਤੇ ਨਗਰ ਉੱਤੇ ਪ੍ਰੇਮ ਅਤਵਾਕ ਵਰਤਿਆ ਰਹੇ ਜਿਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਭ ਪਾਇਓ ਆਓ ਮੰਗਲ ਸਿੰਘ ਜੀ ਸਰੋਪੇ ਲੈ ਜਾਓ ਤਾਂ ਕਿ ਬਾਕੀ ਵੀਰਾਂ ਨੂੰ ਲੰਗਰ ਹੈ ਕਿ ਲੰਗਰ ਦੀ ਸੇਵਾ ਕਰੋ ਨਾਲ ਨਾਲ ਤਾਂ ਕਿ ਆਪਾਂ ਸਮੇਂ ਸਿਰ ਅਗਲੇ ਪੰਡਾਲ ਦੇ ਵਿੱਚ ਪੜਾਅ ਦੇ ਵਿੱਚ ਪਹੁੰਚ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰੂਪਾ ਲੈ ਮੈਂ ਕੋਲ ਲੈ ਛੱਡੋ ਛੱਡੋ
ਪ੍ਰਮਿੰਦਰ ਸਿੰਘ ਜੀ ਤੁਸੀਂ ਵੀ ਆ ਜਾਓ ਮੰਗਲ ਸਿੰਘ ਜੀ ਆ ਗਏ ਪ੍ਰਮਿੰਦਰ ਸਿੰਘ ਜੋ ਬੋਲੇ ਸੋ ਨਿਹਾਲ ਇਹ ਗੁਰੂ ਬਖਸ਼ਾ ਹੈ ਇਹ ਕਰਮਾਂ ਦੇ ਨਾਲ ਕਹਿਣੀ ਬਣਦੀ ਆ ਗੱਲ ਇੱਥੇ ਨਹੀਂ ਪਰ ਜ਼ਰੂਰੀ ਹੈ ਧੰਗ ਦੌਲਤਾਂ ਹੀਰੇ ਮੋਤੀ ਜਿੰਨੇ ਮਰਜ਼ੀ ਹੋਵਣ ਕੱਫਾਂ ਦੇ ਵਿੱਚ ਯਾਰੋ ਕਦੇ ਜੇਬ ਨਹੀਂ ਹੁੰਦੀ ਇਹ ਜਿਹਨਾਂ ਦੇ ਅੰਦਰ ਜਿਗਰਾ ਹੈ ਉਹੀ ਗੁਰੂ ਦੇ ਘਰ ਲੜ ਲੱਗਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਬੋਲੇ ਸੋ ਸ੍ਰੀ ਅਕਾਲ ਡੂੰਘੇ ਲੈ ਦਿਓ ਮੇਰਾ ਜੀਵਨ ਵਾਜ ਬਸਈਆ 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 ਮੇਰਾ ਜੀਵਨ ਵਾਜ ਬਸਈ
ਕਾਫੀ ਦੇ ਬੜੀ ਸਕੂਟਰੀ ਦੀ ਆ ਲੈ ਓਏ ਸਾਡਾ ਸ਼ੋਅ ਮੇਰੇ ਨੂੰ ਦੇ ਓਏ ਥੈਂਕ ਯੂ ਮੇਰਾ ਬ੍ਰਦਰ।